ਹਾਂ ਤਾਂ ਪਿਆਰੇ ਬੱਚੇ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂ ਬੇਟਾ, ਬਹੁਤ ਸਾਰੇ ਬੱਚੇ ਗੱਲ ਕਰਦੇ ਪਏ ਸੀ ਸਾਨੂੰ ਜੀ ਇਹ ਸਵਾਲਾਂ ਦਾ ਸਲੂਸ਼ਨ ਦਿਓ। ਤਾਂ ਬੇਟਾ, ਕਿਉਂਕਿ ਅਲੱਗ ਅਲੱਗ ਪੇਪਰਾਂ ਦੇ ਉੱਤਰ ਬਾਰੇ ਪੁੱਛਦੇ ਪਏ ਆ, 2024 ਦੇ ਵਿੱਚ ਜਿਹੜਾ ਪੇਪਰ ਕੱਲ੍ਹ ਆਇਆ ਬੇਟਾ, ਉਹਦਾ ਮੈਂ ਸਲੂਸ਼ਨ ਪਾਉਣ ਲੱਗਾ ਹਾਂ, ਠੀਕ ਹੈ, ਤਾਂ ਕਿ ਬੱਚਿਆਂ ਨੂੰ ਵਿਸ਼ਵਾਸ ਹੋ ਜਾਵੇ ਉਹਨਾਂ ਦੇ ਕਿੰਨੇ ਸਵਾਲ ਠੀਕ ਹੋਏ ਆ। ਤਾਂ ਪਹਿਲਾ ਹੀ ਸਵਾਲ ਆ, ਕਹਿੰਦਾ ਇਹ ਬੇਟਾ, 21, 22, 37 30,000 ਆ, 30,000 ਦਾ ਮਾਣ ਉਹੀ ਹੈ ਜੋ ਕਿ, ਠੀਕ ਹੈ ਬੇਟਾ, ਕਹਿੰਦਾ 30,000 ਦਾ ਮਾਣ ਉਹੀ ਹੈ ਜੋ ਕਿ, ਆਪਾਂ ਆਲਟਰਨੇਟਿਵ ਆਂਸਰ ਦੇਖਾਂਗੇ, 30, 10,000 ਅਤੇ 9 ਦਹਾਈ। ਬੇਟਾ ਦਹਾਈ ਤਾਂ 9 ਹੈ ਹੀ ਨਹੀਂ ਇੱਥੇ, 9 ਇਕਾਈਆਂ ਆ, ਹੈ ਨਾ, ਤਾਂ ਇਸ ਕਰਕੇ ਇਹ ਉੱਤਰ ਨਹੀਂ ਹੋ ਸਕਦਾ। ਦੂਜਾ ਕਹਿੰਦਾ 30,000 ਅਤੇ 9 ਸੈਂਕੜੇ, 30,000 ਤਾਂ ਹੈਗੇ ਆ ਪਰ ਪੁੱਤ, 9 ਸੈਂਕੜੇ, 9 ਇਕਾਈਆਂ ਆ ਇੱਥੇ, ਠੀਕ ਹੈ। ਉਹਦੇ ਤੋਂ ਬਾਅਦ ਦੇ ਵਿੱਚ ਕਹਿੰਦਾ 3, 10,000 ਅਤੇ 9 ਇਕਾਈਆਂ, 3, 10,000 ਦਾ ਮਤਲਬ 3 ਵਾਰੀ 10,000, 3 ਦਾ ਆ 30,000 ਹੀ ਬਣ ਗਿਆ ਨਾ, 3, 10,000 ਦਾ ਮਤਲਬ, ਅਤੇ 9 ਇਕਾਈਆਂ, 9 ਇਕਾਈਆਂ। ਇਸ ਕਰਕੇ ਬੇਟਾ ਇਹ ਆਂਸਰ ਆ ਜਿਹੜਾ ਸਾਡਾ ਰਾਈਟ ਆਂਸਰ ਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਬੇਟਾ ਜਿਹੜਾ ਕੰਸੈਪਟ ਉਹ ਕਲੀਅਰ ਲੈਂਦਾ, ਜਿਹੜੇ ਬੱਚੇ ਨੂੰ ਕੰਸੈਪਟ ਕਲੀਅਰ ਆ ਉਹ ਆਂਸਰ ਦੇ ਸਕਦਾ। ਅੱਗੇ ਕਹਿੰਦਾ 3, 10,000 ਅਤੇ 9 ਦਹਾਈ, ਇਹ ਵੀ ਬੇਟਾ ਗਲਤ ਆ, ਕਿਉਂਕਿ 3, 10,000 ਮਤਲਬ 30,000 ਬਣ ਗਿਆ, ਹੈ ਨਾ, 30,000 ਤਾਂ ਹੈਗਾ ਪਰ 9 ਇਕਾਈਆਂ, 9 ਦਹਾਈਆਂ ਨਹੀਂ ਹੈਗੀਆਂ। ਚਲੋ ਬੇਟਾ, ਇਹ ਸੀਗਾ ਸਵਾਲ ਨੰਬਰ 41। ਅੱਗੇ ਆ ਗਏ ਆਪਾਂ ਸਵਾਲ ਨੰਬਰ 42 ਦੇ ਉੱਤੇ। ਜੇਕਰ 2 ਕੋਣਾਂ ਦਾ ਖੇਤਰਫਲ 1 ਅਧਿਕ ਕੋਣ ਹੈ ਤਾਂ ਹੇਠ ਲਿਖਿਆਂ ਵਿੱਚੋਂ, ਅਸਲ ਦੇ ਵਿੱਚ ਬੇਟਾ ਇੱਥੇ ਆ ਸ਼ਬਦ ਗਲਤ ਵਰਤ ਗਿਆ, ਖੇਤਰਫਲ ਇੱਥੇ ਸ਼ਬਦ ਜੋੜਫਲ ਚਾਹੀਦਾ ਸੀ, ਕੋਣਾਂ ਦਾ ਕਦੀ ਵੀ ਖੇਤਰਫਲ ਨਹੀਂ ਹੁੰਦਾ, ਜੋੜਫਲ ਹੁੰਦਾ ਆ, ਠੀਕ ਹੈ। ਅਤੇ 2 ਕੋਣਾਂ ਦਾ ਜੋੜਫਲ 1 ਅਧਿਕ ਕੋਣ ਹੈ ਤਾਂ ਹੇਠ ਲਿਖਿਆਂ ਵਿੱਚੋਂ ਕਿਹੜਾ ਸੰਭਵ ਨਹੀਂ ਹੈ। ਅਧਿਕ ਕੋਣ ਬੇਟਾ ਤੁਹਾਨੂੰ ਅੱਗੇ ਦੱਸਿਆ ਸੀਗਾ ਵੀ ਅਧਿਕ ਕੋਣ ਜਿਹੜਾ ਤੁਹਾਨੂੰ ਕੱਲ੍ਹ ਵੀ ਪਾਈ ਸੀ ਨਾ ਵੀਡੀਓ, ਉਹਦੇ 'ਚ ਦੱਸਿਆ ਸੀਗਾ ਵੀ 90 ਡਿਗਰੀ ਤੋਂ ਉੱਤੇ ਅਧਿਕ ਕੋਣ ਹੁੰਦਾ, ਜਿਹੜਾ 91 ਡਿਗਰੀ ਤੋਂ ਲੈ ਕੇ 179 ਡਿਗਰੀ ਤੱਕ ਸਾਰੇ ਅਧਿਕ ਕੋਣ ਹੁੰਦੇ ਆ, ਠੀਕ ਹੈ। 180 ਡਿਗਰੀ ਦਾ ਕੋਣ ਸਰਲ ਕੋਣ ਬਣ ਜਾਂਦਾ, ਆਪਾਂ ਗੱਲ ਕੀਤੀ ਸੀਗੀ। ਤਾਂ ਕਹਿੰਦਾ ਇੱਕ ਸਮ ਕੋਣ ਹੇਠ ਲਿਖਿਆ ਵਿੱਚੋਂ ਕਿਹੜਾ ਸੰਭਵ ਨਹੀਂ, ਇੱਕ ਸਮ ਕੋਣ ਅਤੇ ਇੱਕ ਨਿਊਨ ਕੋਣ। ਬੇਟਾ ਇਹ ਤਾਂ ਹੋ ਸਕਦਾ ਆ ਵੀ ਇੱਕ ਕੋਣ 90 ਡਿਗਰੀ ਦਾ ਅਤੇ ਇੱਕ ਕੋਣ ਨਿਊਨ ਕੋਣ ਕੋਈ ਵੀ 20 ਡਿਗਰੀ ਦਾ ਹੋ ਗਿਆ, ਤਾਂ ਇਹ ਬੇਟਾ ਅਧਿਕ ਕੋਣ ਬਣ ਸਕਦਾ, ਠੀਕ ਹੈ। ਪਹਿਲਾਂ ਤਾਂ ਠੀਕ ਆ, ਕਹਿੰਦਾ ਕਿਹੜਾ ਸੰਭਵ ਨਹੀਂ, ਪਹਿਲਾਂ ਸੰਭਵ ਆ, ਠੀਕ ਹੈ। ਉਹਦੇ ਤੋਂ ਬਾਅਦ ਦੇ ਵਿੱਚ ਕੀ ਕਹਿੰਦਾ ਪਿਆ, ਕਹਿੰਦਾ 1 ਅਧਿਕ ਕੋਣ ਅਤੇ 1 ਨਿਊਨ ਕੋਣ। ਬੇਟਾ ਇਹ ਜ਼ਰੂਰੀ ਨਹੀਂ, ਅਧਿਕ ਕੋਣ ਤਾਂ 179 ਤੱਕ ਹੁੰਦਾ ਆ ਅਤੇ 1 ਨਿਊਨ ਕੋਣ, ਇਹ ਜ਼ਰੂਰੀ ਨਹੀਂ, ਹੋ ਸਕਦਾ ਪਰ ਜ਼ਰੂਰੀ ਨਹੀਂ। ਕਹਿੰਦਾ ਕਿਹੜਾ ਸੰਭਵ ਨਹੀਂ, ਇਹ ਤਾਂ ਸੰਭਵ ਹੈ ਨਾ, 91 ਡਿਗਰੀ ਦਾ ਅਤੇ 1 99 ਡਿਗਰੀ ਦਾ ਕੋਣ ਹੋ ਸਕਦਾ ਆ, ਸੋਰੀ 1 ਅਧਿਕ ਕੋਣ, 91 ਡਿਗਰੀ ਦਾ ਕੋਣ ਅਤੇ 1 10 ਡਿਗਰੀ ਦਾ, ਉਹ ਤਾਂ ਸੰਭਵ ਹੋ ਜੂ, ਅਧਿਕ ਕੋਣ ਹੀ ਰਹਿ ਜਾਣੀ ਉਹ, ਠੀਕ ਆ। ਅੱਗੇ ਕਹਿੰਦਾ ਪਿਆ 2 ਨਿਊਨ ਕੋਣ, 2 ਨਿਊਨ ਕੋਣ, 2 ਨਿਊਨ ਕੋਣ ਬੇਟਾ ਹੋ ਸਕਦੇ ਆ, 2 ਨਿਊਨ ਕੋਣ ਬੇਟਾ ਇਹ ਵੀ ਜਿਹੜਾ ਹੈਗਾ ਜ਼ਰੂਰੀ, ਹੇਠ ਲਿਖਿਆ ਵਿੱਚ ਕਿਹੜਾ ਸੰਭਵ ਨਹੀਂ, 2 ਨਿਊਨ ਕੋਣ ਤਾਂ ਹੋ ਹੀ ਸਕਦੇ ਬੇਟਾ, ਮੰਨ ਲਓ 50-50 ਡਿਗਰੀ ਦੇ ਉਹ 100 ਡਿਗਰੀ ਦੇ ਇੱਕ ਕੋਣ ਬਣ ਗਿਆ, ਇਸ ਕਰਕੇ ਆਹ ਵੀ ਸੰਭਵ ਨਹੀਂ। ਅੱਗੇ ਕਹਿੰਦਾ ਪਿਆ ਬੇਟਾ 2 ਸਮ ਕੋਣ, ਤਾਂ 2 ਸਮ ਕੋਣ ਬੇਟਾ ਕਿਸੇ ਵੀ ਹਾਲਤ ਦੇ ਵਿੱਚ ਸੰਭਵ ਨਹੀਂ, 2 ਸਮ ਕੋਣਾਂ ਦਾ ਮਤਲਬ 2 ਕੋਣ 90 ਡਿਗਰੀ ਦੇ, 90 ਡਿਗਰੀ ਜਮ੍ਹਾਂ 90 ਡਿਗਰੀ, ਤਾਂ ਬੇਟਾ ਇਹਨਾਂ ਦਾ ਜੋੜਫਲ 180 ਡਿਗਰੀ, ਇਹਨਾਂ ਦਾ ਜੋੜਫਲ 180 ਡਿਗਰੀ ਸਰਲ ਕੋਣ ਬਣ ਜਾਣਾ, ਜਿਹੜਾ ਕਿ ਸੰਭਵ ਨਹੀਂ। ਉਹ ਤਾਂ ਕੀ ਕਹਿੰਦਾ ਪਿਆ ਵੀ, ਕਹਿੰਦਾ ਵੀ ਜੇਕਰ 2 ਕੋਣਾਂ ਦਾ ਜੋੜਫਲ 1 ਅਧਿਕ ਕੋਣ ਆ,
ਤਾਂ ਇਹਦਾ ਮਤਲਬ ਦੋ ਸਮ ਕੋਣ ਆ ਜਿਹੜੇ ਕਿਤੇ ਕਿਸੇ ਵੀ ਹਾਲਤ ਦੇ ਵਿੱਚ ਸੰਭਵ ਨਹੀਂ, ਕਿਉਂਕਿ ਦੋ ਸਮ ਕੋਣਾਂ ਦਾ ਜੋੜ ਫਲ 90 ਡਿਗਰੀ ਜਮ੍ਹਾਂ 90 ਡਿਗਰੀ ਬਰਾਬਰ 180 ਡਿਗਰੀ ਬਣ ਜਾਊਗਾ, ਜਿਹੜਾ ਕਿ ਕਿਸੇ ਵੀ ਹਾਲਤ ਦੇ ਵਿੱਚ ਹੋ ਹੀ ਨਹੀਂ ਸਕਦਾ, ਕਿਉਂਕਿ 180 ਡਿਗਰੀ ਅਧਿਕ ਕੋਣ ਨਹੀਂ, ਸਰਲ ਕੋਣ ਬਣ ਜਾਂਦਾ, ਕਿਉਂਕਿ ਸਿੱਧੀ ਰੇਖਾ ਦੇ ਉੱਤੇ ਬਣਦਾ। ਕੱਲ੍ਹ ਮੈਂ ਵੀਡੀਓ ਦੇ ਵਿੱਚ ਸ਼ੇਅਰ ਕੀਤਾ ਸੀ ਤੁਹਾਨੂੰ, ਠੀਕ ਹੈ ਬੇਟਾ। ਤਾਂ ਇਹ ਸੀਗਾ ਬੇਟਾ ਸਵਾਲ ਨੰਬਰ 42। ਅੱਗੇ ਆਪਾਂ ਬੇਟਾ, ਹਾਂ ਬੇਟਾ, ਤਾਂ ਹੁਣ ਆਪਾਂ ਆ ਗਏ ਸਵਾਲ ਨੰਬਰ 43 ਦੇ ਉੱਤੇ। ਸਵਾਲ ਨੰਬਰ 43 ਦੇ ਵਿੱਚ ਕੀ ਕਹਿੰਦਾ ਪਿਆ, ਕਹਿੰਦਾ ਇੱਕ ਮਸ਼ੀਨ 1 ਮਿੰਟ ਵਿੱਚ 12 ਪੰਨੇ ਛਾਪ ਸਕਦੀ ਹੈ, 5760 ਪੰਨੇ ਛਾਪਣ ਵਿੱਚ ਕਿੰਨਾ ਸਮਾਂ ਲੱਗੇਗਾ। ਤਾਂ ਬੇਟਾ ਇਹ ਬਹੁਤ ਸੌਖਾ ਸਵਾਲ ਸੀਗਾ, ਤੁਹਾਨੂੰ ਦੱਸਿਆ ਸੀ ਵੀ ਜਦੋਂ ਇੱਦਾਂ ਦਾ ਸਵਾਲ ਆ ਜਾਂਦਾ ਅਨੁਪਾਤ ਵਾਲਾ ਫਾਰਮੂਲਾ ਲਾ ਦੇਣਾ, ਸਮਾਂ ਪੰਨੇ ਸਮਾਂ ਪੰਨੇ ਇੱਕ ਮਿ ਸਮਾਂ 1 ਮਿੰਟ, ਪੰਨੇ ਕਿੰਨੇ ਛਪਦੇ ਆ 12, ਸਮਾਂ ਐਕਸ ਅਤੇ ਪੰਨੇ ਕਿੰਨੇ ਛਾਪਣੇ ਆਪਾਂ 5760। ਤਾਂ ਬੇਟਾ ਪਹਿਲੇ ਦਾ ਚੌਥੇ ਨਾਲ ਸੰਬੰਧ ਆ, ਦੂਜੇ ਦਾ ਤੀਜੇ ਨਾਲ, 12x ਬਰਾਬਰ 1 × 5760, ਠੀਕ ਹੈ ਬੇਟਾ। ਤਾਂ ਇਹਨੇ 12 ਨੇ ਉੱਧਰ ਜਾ ਕੇ ਕੱਟੇ ਜਾਣਾ ਹੈ, ਠੀਕ ਆ, ਆਪਾਂ ਦੇਖਦੇ 12 ਦਾ ਪਹਾੜਾ ਆਉਂਦਾ ਹੀ ਆ ਤੁਹਾਨੂੰ, 12 × 4 48 ਅਤੇ 957 96, 12 8 96 0 ਦੀ 0, ਤਾਂ ਐਕਸ ਕਿੰਨਾ ਆ ਗਿਆ ਬੇਟਾ ਬਰਾਬਰ 480 ਮਿੰਟ, ਕਿਉਂਕਿ ਸਮਾਂ ਇੱਥੇ ਮਿੰਟਾਂ 'ਚ ਲਿਆ ਸੀਗਾ, ਤਾਂ ਐਕਸ ਬਰਾਬਰ 480। ਆਪਾਂ ਆਲਟਰਨੇਟਿਵ ਦੇਖਦੇ, ਆਲਟਰਨੇਟਿਵ ਘੰਟਿਆਂ 'ਚ ਆ, ਤਾਂ 480 ਮਿੰਟ 480/60, ਕਿਉਂਕਿ 1 ਮਿੰਟ 'ਚ 60 ਜਿਹੜੇ ਹੈਗੇ ਆ, 1 ਘੰਟੇ 60 ਮਿੰਟ ਹੁੰਦੇ ਆ, ਅਤੇ ਆਪਾਂ ਘੰਟਿਆਂ 'ਚ ਕਨਵਰਟ ਕਰ ਲਿਆ, 0 ਦੀ 0, 6 8 48, 8 ਘੰਟੇ ਉੱਤਰ ਆ ਗਿਆ ਸਾਡੇ ਕੋਲ, ਠੀਕ ਹੈ ਬੇਟਾ। ਤਾਂ ਆਹ ਦੇਖੋ ਬੇਟਾ, ਆਹ ਬੀ ਆਂਸਰ 'ਤੇ 8 ਘੰਟੇ ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂ। ਹਾਂ ਤਾਂ ਪਿਆਰੇ ਬੱਚੇ, ਹੁਣ ਆਪਾਂ ਸਵਾਲ ਨੰਬਰ 44 ਦੇ ਉੱਤੇ ਪਹੁੰਚ ਗਏ ਬੇਟਾ। ਤਾਂ 44 ਨੰਬਰ ਸਵਾਲ ਦੇ ਵਿੱਚ ਬੇਟਾ ਸਰਲ ਕਰੋ ਦਾ ਸਵਾਲ ਸੀਗਾ, ਤਾਂ ਇਹਨੂੰ ਬੇਟਾ ਆਪਾਂ ਸਹੀ ਬਟੇ ਭੰਨ ਲੈਂਦੇ ਹਾਂ, 8 × 45 = 43/8 ਗੁਣਾ ਥੋੜ੍ਹੀ ਚੋਣ 'ਤੇ 65/8 ਮਾਈਨਸ 8 × 2 = 24 ਅਤੇ 1 × 25 = 8 ਗੁਣਾ 8 × 5 = 40 ਅਤੇ 5 × 45 = 8, ਠੀਕ ਹੈ ਬੇਟਾ। ਤਾਂ ਇਹਦੇ ਵਿੱਚ ਕੀ ਹੈ ਬੇਟਾ, ਅੰਸ਼ ਨੂੰ ਅੰਸ਼ ਨਾਲ ਗੁਣਾ, ਹਰ ਨੂੰ ਹਰ ਨਾਲ, ਕਿਉਂਕਿ ਕੱਟੇ ਜਾਂਦੇ ਨਹੀਂ ਪਏ ਕਿਤੇ ਵੀ, ਠੀਕ ਹੈ। ਜਦੋਂ ਬੇਟਾ ਆਪਾਂ 43 × 65 ਕਰਾਂਗੇ, ਤਾਂ ਇਹ ਬੇਟਾ ਤੁਸੀਂ ਗੁਣਾ ਕਰਕੇ ਦੇਖ ਲੈਣੀ, ਇਹ ਆ ਜਾਣਾ 2795, ਤਾਂ 8 × 8 ਕਰਾਂਗੇ ਤਾਂ 64 ਆ ਜਾਣਾ, ਠੀਕ ਹੈ। ਮਾਈਨਸ 25 × 45 ਕਰਾਂਗੇ ਤਾਂ 1125/64, ਇਹ ਕੈਲਕੂਲੇਸ਼ਨ ਤਾਂ ਬੇਟਾ ਤੁਸੀਂ ਆਪ ਕਰਨੀ ਹੈ, ਠੀਕ ਹੈ। ਫਿਰ ਬੇਟਾ ਇਹਦਾ ਲਘੂਤਮ ਲੈ ਲੈਂਦੇ ਆਪਾਂ, ਲਘੂਤਮ 64 ਆ ਗਿਆ, ਜਦੋਂ ਹਰ ਬਰਾਬਰ ਹੋਵੇ ਵੈਸੇ ਸਿੱਧਾ ਵੀ ਇਹ ਆ ਗਿਆ, 2795 ਘਟਾਓ 1125, ਇਹ ਆ ਗਿਆ ਬੇਟਾ 1670/64, ਠੀਕ ਹੈ ਬੇਟਾ। ਇਹ ਬੇਟਾ ਕੈਲਕੂਲੇਸ਼ਨ ਕਰਨੀ ਤੁਹਾਨੂੰ ਆਉਣੀ ਚਾਹੀਦੀ ਆ, ਆਪਾਂ ਇਹਨੂੰ ਇੱਥੇ ਵਿੱਚ ਰੱਖਦੇ ਹਾਂ, 1670/64
ਬੇਟਾ ਇਹਨੂੰ ਜੇ ਸੌਖਾ ਕਰਨਾ ਤਾਂ 2 ਦੇ ਪਹਾੜੇ 'ਤੇ ਕੱਟ ਸਕਦੇ ਹਾਂ, ਫਿਰ ਇਹ ਤੁਹਾਡੇ ਤੋਂ ਕੈਲਕੂਲੇਸ਼ਨ ਥੋੜ੍ਹੀ ਜਿਹੀ ਸੌਖੀ ਹੋ ਜੂਗੀ। 2 3 6, 2 2 4, 2 8 16, 2 3 6 ਅਤੇ 2 5 835 ਬਟਾ 32 ਆ ਗਏ। ਠੀਕ ਹੈ ਬੇਟਾ, ਕੈਲਕੂਲੇਸ਼ਨ ਥੋੜ੍ਹੀ ਜਿਹੀ ਸੌਖੀ ਹੋ ਗਈ। 835 ਇਹਨੂੰ 32 'ਤੇ ਭਾਗ ਕਰਾਂਗੇ, 32 ਦੂਣਾ 64 ਅਤੇ 16, 13 'ਚੋਂ 4 ਗਏ 9, 7 'ਚੋਂ 6 ਗਏ 1, 95 ਅਤੇ 3 6 18, ਇਹ 6 'ਤੇ ਚਲੇ ਜਾਂਦੇ ਬੇਟਾ ਕਿਉਂਕਿ ਉਦੋਂ ਵੱਧ ਨਹੀਂ ਜਾਣੇ। 3 6 6 2 12, 6 3 18 ਅਤੇ 1 19। ਠੀਕ ਹੈ ਬੇਟਾ, ਤਾਂ ਹੁਣ ਬੇਟਾ ਇੱਥੋਂ 5 'ਚੋਂ 2 ਗਏ 3 ਨਹੀਂ ਜਾਂਦਾ, ਇੱਥੇ ਆ ਲਾ ਲਿਆ ਡੈਸੀਮਲ, ਠੀਕ ਹੈ, ਅਤੇ ਇੱਥੇ ਲਾ ਲਈ 0। ਠੀਕ, ਤਾਂ 32 ਹੁਣ ਫੇਰ ਨਹੀਂ ਜਾਂਦਾ, ਇੱਥੇ 0 ਲਾ ਲਾਂਗੇ, ਇੱਥੇ ਫੇਰ ਬੇਟਾ ਅਸੀਂ 1 0 ਹੋਰ ਲਾ ਲਾਂਗੇ, ਤਾਂ 3 8 24, 3 9 9 'ਤੇ ਚੱਲ ਜੂਗਾ, 9 2 18, 9 3 27 ਅਤੇ 1 28, ਥੱਲੇ 12 ਬਚ ਗਏ। ਪਰ ਬੇਟਾ ਆਪਣਾ ਮਸਲਾ ਹੱਲ ਹੋ ਗਿਆ, ਆ ਗਿਆ 26.09, ਤਾਂ ਉਹ ਕਹਿੰਦਾ ਲਗਭਗ ਉੱਤਰ ਦੇਣਾ ਆਪਾਂ, ਤਾਂ ਲਗਭਗ ਉੱਤਰ ਦਾ ਮਤਲਬ ਸਾਡੇ ਕੋਲ 26 ਉੱਤਰ ਆ ਗਿਆ। ਇੱਥੇ ਆਲਟਰਨੇਟਿਵ ਦੇ ਵਿੱਚ ਬੇਟਾ ਆ ਬੀ ਆਲਟਰਨੇਟਿਵ ਦੇ ਵਿੱਚ 26 ਉੱਤਰ ਦਿੰਦਾ ਪਿਆ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਵਾਂਗੇ। ਠੀਕ ਹੈ ਬੇਟਾ, ਅੱਗੇ ਆ ਗਿਆ ਸਵਾਲ ਨੰਬਰ 45। ਕਹਿੰਦਾ ਸੁਮੀਤ ਦਾ ਭਾਰ 107 ਕਿਲੋਗ੍ਰਾਮ ਅਤੇ ਸੰਜੇ ਦਾ ਭਾਰ 82 ਕਿਲੋਗ੍ਰਾਮ ਹੈ, ਦੋਹਾਂ ਦੇ ਭਾਰ ਦਾ ਸਨਿਕਟ ਰਾਊਂਡ ਆਫ ਦੁਆਰਾ ਨਜ਼ਦੀਕੀ ਦਹਾਈ ਦੇ ਮਾਨ ਦਾ ਅੰਤਰ ਹੈ, ਤਾਂ ਦੋਵਾਂ ਦੇ ਭਾਰ ਦਾ ਅੰਤਰ ਲੈ ਲੈਣਾ ਬੇਟਾ, ਉਹਨੂੰ ਨਜ਼ਦੀਕੀ ਦਹਾਈ ਦੇ ਵਿੱਚ ਲੈ ਕੇ ਜਾਣਾ, ਨਾਲ ਨਿਕਟੀਕਰਨ ਸੀ ਇਹ। ਠੀਕ ਹੈ, ਨਿਕਟੀਕਰਨ ਸੀ, 107 ਅਤੇ 82 ਭਾਰ ਦਾ ਅੰਤਰ, 107 ਮਾਈਨਸ 82, 7 'ਚੋਂ 2 ਗਏ 5 ਅਤੇ 10'ਚੋਂ 8 ਗਏ 2, 25 ਕਿਲੋ ਆ ਗਿਆ ਬੇਟਾ, 25 ਕਿਲੋ ਇਹਨਾਂ ਦੇ ਭਾਰ ਦਾ ਅੰਤਰ ਆ ਗਿਆ। ਪਰ ਬੇਟਾ ਜਦੋਂ ਅਸੀਂ ਨਿਕਟੀਕਰਨ ਦਹਾਈ ਦੇ ਵਿੱਚ ਕਰਨਾ, ਉਹ ਕਹਿੰਦਾ ਦਹਾਈ ਦੇ ਵਿੱਚ ਨਿਕਟੀਕਰਨ ਕਰਨਾ ਆ, ਤਾਂ ਤੁਹਾਨੂੰ ਦੱਸਿਆ ਸੀ ਵੀ ਜੇਕਰ ਆਹ 25 ਜਿਹੜਾ ਹੈਗਾ ਆ ਦੂਆ ਦਹਾਈ ਹੈ ਨਾ, 2 ਦਹਾਈਆਂ, ਅਤੇ ਦਹਾਈ ਤੋਂ ਬਾਅਦ ਦੇ ਵਿੱਚ ਆਹ 5 ਆ ਜਿਹੜਾ ਅੱਧ ਤੱਕ ਆ ਗਿਆ। ਮੈਂ ਤੁਹਾਨੂੰ ਦੱਸਿਆ ਸੀ ਵੀ ਜੇ ਅੱਧ ਹੋਵੇ ਜਾਂ ਅੱਧ ਤੋਂ ਵੱਧ ਹੋਵੇ ਤਾਂ ਅਸੀਂ ਅਗਲੀ ਦਹਾਈ 'ਤੇ ਲੈ ਜਾਣਾ ਹੁੰਦਾ, ਜੇ 5 ਤੋਂ ਘੱਟ ਜਾਂਦਾ ਫਿਰ ਅਸੀਂ 20 ਹੀ ਰਹਿਣ ਦੇਣਾ ਸੀ, ਪਰ ਕਿਉਂਕਿ ਅੱਧ ਤੱਕ ਚਲਾ ਗਿਆ 25 ਬਣ ਗਏ, ਤਾਂ ਇਹਦੀ ਨੇੜਲੀ ਦਹਾਈ ਹੈ ਜਿਹੜੀ ਉਹ 30 ਬਣ ਜਾਣੀ ਹੈ, ਤਾਂ ਉੱਤਰ 30 ਆ ਜਾਣਾ। ਆਪਾਂ ਆਲਟਰਨੇਟਿਵ ਆਂਸਰ ਦੇਖਦੇ ਹਾਂ, ਆ ਬੇਟਾ ਏ 'ਤੇ 30 ਕਿਲੋ ਉੱਤਰ ਦਿੰਦਾ, ਇਹਨੂੰ ਐਜ਼ ਏ ਰਾਈਟ ਆਂਸਰ ਅਸੀਂ ਟਿਕ ਕਰ ਦੇਣਾ ਸੀ। ਇਹ ਸੀਗਾ ਬੇਟਾ ਸਵਾਲ ਨੰਬਰ 45। ਅਗਲੇ ਸਵਾਲ ਆਪਾਂ ਅਗਲੀ ਵੀਡੀਓ ਸ਼ੇਅਰ ਕਰਦੇ ਹਾਂ, ਤੁਸੀਂ ਇਹ ਵੀਡੀਓ ਦੇਖ ਕੇ ਜੋ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਬੇਟਾ ਜੀ।